ਪੰਚਾਇਤੀ ਚੋਣਾਂ ਦੇ ਐਲਾਨ ਨਾਲ ਹੀ ਪਿੰਡਾਂ 'ਚ ਚੁਣਾਵੀ ਹਲਚਲ ਸ਼ੁਰੂ ਹੋ ਗਈ ਹੈ। ਇਸ ਹਲਚਲ ਦੇ ਦੌਰਾਨ ਪੰਜਾਬ ਬਾਣੀ ਦੀ ਟੀਮ ਪਹੁੰਚੀ ਹੈ ਪਿੰਡ ਮੁਰਾਦਵਾਲਾ। ਪਿੰਡ ਮੁਰਾਦਵਾਲਾ ਤੋਂ ਸਰਪੰਚੀ ਦੇ ਨਵੇਂ ਉਮੀਦਵਾਰ ਵਿਪਨ ਕੁਮਾਰ ਨੇ ਪੰਜਾਬ ਬਾਣੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਉਹ ਸਰਪੰਚੀ ਦੀ ਚੋਣ ਜਿੱਤਦੇ ਹਨ ਤਾਂ ਪਿੰਡ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਗੇ। ਉਹਨਾਂ ਕਿਹਾ ਕਿ ਉਹਨਾਂ ਦਾ ਪਿੰਡ ਵਿਕਾਸ ਦੇ ਪੱਖੋਂ ਬਹੁਤ ਪਿਛੜਿਆ ਹੈ, ਇਸ ਲਈ ਉਹ ਇਸ ਪਿੰਡ ਦੇ ਚੰਗੇ ਭਵਿੱਖ ਲਈ ਵੱਧ ਤੋਂ ਵੱਧ ਕੰਮ ਕਰਨਗੇ। ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਤੁਹਾਡਾ ਨਾਮ ਸਰ? ਜੀ, ਮੇਰਾ ਨਾਮ ਵਿਪਿਨ। ਪਿੰਡ ਦਾ ਨਾਮ ਸਰ? ਪਿੰਡ ਦਾ ਨਾਮ ਮੁਰਾਦਵਾਲਾ ਭੌਮਗੜ। ਸਰ, ਸਾਡੇ ਪਿੰਡ 'ਚ ਕੋਈ ਫੰਡ ਨਹੀਂ ਆ ਰਹੇ, ਕੋਈ ਕੁਛ ਨਹੀਂ ਆ ਰਿਹਾ, ਸਰਕਾਰੀ ਫੰਡ ਨਹੀਂ ਆ ਰਹੇ। ਅੱਛਾ ਜੀ। ਸਾਡੇ ਪਿੰਡ 'ਚ ਪੀਣ ਦੇ ਪਾਣੀ ਦੀ, ਨਹਿਰੀ ਪਾਣੀ ਦੀ ਕੋਈ ਇਹ ਜੀ ਸਪਲਾਈ ਨਹੀਂ ਆ ਰਹੀ। ਸਭ ਤੋਂ ਪਹਿਲਾਂ ਸਾਡਾ ਚੀਚਾ ਇਹੀ ਰਹੇਗਾ ਵੀ ਸਭ ਤੋਂ ਪਹਿਲਾਂ ਪਾਣੀ ਦਾ ਪ੍ਰਬੰਧ ਕਰੀਏ, ਪੀਣ ਦਾ ਪਾਣੀ ਵਾਟਰ ਵਰਕਸ ਇੱਥੇ ਮਨਜ਼ੂਰ ਕਰਾਓ। ਅੱਛਾ। ਇੱਕ ਸਾਡੇ ਸਕੂਲ 8ਵੀਂ ਤੱਕ ਹੈਗਾ, ਸਾਡੇ ਬੱਚੇ ਬਣਨੀ ਵਾਲੇ ਤੱਕ ਸਾਈਕਲਾਂ 'ਤੇ ਜਾਂਦੇ ਨੇ, ਪੈਦਲ ਜਾਂਦੇ ਨੇ, ਉਹਨਾਂ ਦਾ ਪ੍ਰਬੰਧ ਕਰਾਂਗੇ। ਅਸੀਂ 10ਵੀਂ ਤੱਕ ਜਾਂ 12ਵੀਂ ਤੱਕ ਸਕੂਲ ਆਪਦਾ ਅਪਗ੍ਰੇਡ ਕਰਾਈ। ਅਤੇ ਸਰ ਤੁਹਾਡਾ ਨਾਮ? ਸਰ, ਮੇਰਾ ਨਾਮ ਕਪਿਲ ਹੈ ਜੀ। ਸਰ, ਪਿੰਡ ਦਾ ਨਾਮ? ਸਰ, ਮੁਰਾਦਵਾਲਾ ਭੌਮਗੜ। ਸਰ, ਪਿੰਡ ਵਿੱਚ ਕੀ ਵਿਕਾਸ ਹੋਇਆ ਅਤੇ ਕੀ ਨਹੀਂ ਹੋਇਆ? ਸਰ, ਤੁਸੀਂ ਆਪ ਹੀ ਗਰਾਊਂਡ ਲੈਵਲ 'ਤੇ ਦੇਖਿਆ, ਆਹ ਪਿੰਡ ਦੀ ਸਭ ਤੋਂ ਮੇਨ ਰੋਡ ਹੈ ਜਿਹੜੀ, ਉਹ ਵੀ ਤੁਸੀਂ ਵੇਖ ਰਹੇ ਹੋ। ਹੁਣ ਕਾਗਜ਼ਾਂ 'ਚ ਸਾਨੂੰ ਪਤਾ ਨਹੀਂ ਵੀ ਕੀ ਵਿਕਾਸ ਹੋਇਆ ਨਹੀਂ ਹੋਇਆ, ਪਰ ਪਿੰਡ ਦੇ ਗਰਾਊਂਡ ਲੈਵਲ 'ਤੇ ਕੁਛ ਵੀ ਨਹੀਂ ਹੋਇਆ। ਨਾ ਸਾਡੇ ਪਿੰਡ ਕੋਈ ਪਾਣੀ ਦੀ ਪੀਣ ਦੀ ਸੁਵਿਧਾ, ਨਾ ਸਾਡੇ ਪਿੰਡ ਕੋਈ ਸਕੂਲ ਹੈ ਜਿਹੜਾ 8 ਤੱਕ ਹੈ। ਬੱਚੇ ਆ ਜਿਹੜੇ ਉਹ ਘੱਟੋ ਘੱਟ 15 ਕਿਲੋਮੀਟਰ 20 ਕਿਲੋਮੀਟਰ ਪੈਦਲ ਚੱਲ ਕੇ ਜਾਂਦੇ ਆ, ਅਤੇ ਉਹਨਾਂ ਨੂੰ ਵੀ ਮਤਲਬ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਇੱਥੇ ਸਾਨੂੰ ਸੁਵਿਧਾ ਦੇਵੇ ਵੀ ਸਕੂਲ ਅਪਗ੍ਰੇਡ ਵਗੈਰਾ ਕਰੇ। ਪਾਣੀ ਪੀਣ ਦੀ ਕੋਈ ਸੁਵਿਧਾ ਨਹੀਂ, ਪਿੰਡ ਦੀ ਕੋਈ ਵੀ ਗਲੀ ਬਣੀ ਨਹੀਂ ਹੋਈ, ਕੋਈ ਵੀ ਪਿੰਡ ਦੇ ਵਿੱਚ ਨਾਲੀ ਦੀ ਸੁਵਿਧਾ ਨਹੀਂ ਹੈ, ਅਤੇ ਪੀਣ ਦੇ ਪਾਣੀ ਦੀ ਤਾਂ ਬਹੁਤ ਤਕੜੀ ਸਮੱਸਿਆ। ਕਿਸਾਨੀ ਲੈਵਲ 'ਤੇ ਗੱਲ ਕਰੀਏ ਤਾਂ ਜਿਹੜੇ ਪੁਰਾਣੇ ਟਾਈਮ 'ਚ ਕੋਈ ਖਾਲ ਵਗੈਰਾ ਬਣ ਗਏ, ਉਹ ਜਿਹੜੇ ਬਣ ਗਏ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ। ਅਤੇ ਪਿੰਡ ਦਾ ਜਿਹੜਾ ਮੇਨ ਆਪਾਂ ਕਹਿੰਦੇ ਹਾਂ ਸਾਫ਼ ਸਫਾਈ ਵਗੈਰਾ ਜਾਂ ਕੋਈ ਡਿਵੈਲਪਮੈਂਟ ਦਾ ਛੋਟਾ ਮੋਟਾ ਜਿਹੜਾ ਕੰਮ ਹੈ, ਉਹ ਪਿੰਡ ਦੇ ਪਿਛਲੇ ਸਰਪੰਚ ਨਰੇਗਾ ਦੇ ਥਰੂ ਹੀ ਕਰਾ ਰਹੇ, ਬਾਕੀ ਸਾਡੇ ਖਿਆਲ ਨਾਲ ਕੋਈ ਪਿੰਡ ਦੇ ਵਿੱਚ ਕੋਈ ਫੰਡ ਤਾਂ ਆਇਆ ਨਹੀਂ। ਪੰਜੀ ਹੈ ਜਿਹੜੇ ਉਹ ਸਾਡੇ ਪਿੰਡ ਦੇ ਮਤਲਬ 90% ਲੋਕਾਂ ਦੇ ਇਸ ਤਰ੍ਹਾਂ ਦੇ ਚੁਣੇ ਹੋਏ ਉਮੀਦਵਾਰ ਹੀ ਮੰਨੋ, ਬਾਕੀ ਸਾਰੇ ਪਿੰਡ ਦੇ ਵਿੱਚ ਅੱਧੀ ਰਾਤ ਨੂੰ ਕੰਮ ਆਉਣ ਵਾਲੇ ਬੰਦੇ ਹੈ, ਪੜ੍ਹੇ ਲਿਖੇ ਹੈ, ਨੌਜਵਾਨ ਹੈ, ਸੂਝਵਾਨ ਹੈ, ਕਿਸੇ ਨਾਲ ਕੋਈ ਇਹਨਾਂ ਦਾ ਕੋਈ ਵੈਰ ਵਿਰੋਧ ਨਹੀਂ ਹੈ। ਬਾਕੀ ਹਰੇਕ ਬੰਦੇ ਦੀ ਆਈਡੀਓਲੋਜੀ ਹੁੰਦੀ ਹੈ ਵੀ ਉਹਨੇ ਕਿਸ ਬੇਸਿਸ 'ਤੇ ਇਲੈਕਸ਼ਨ ਲੜਨਾ ਹੈ, ਅਤੇ ਉਹ ਸਾਡੇ ਸਾਹਮਣੇ ਉਹਨਾਂ ਨੇ ਪਹਿਲੇ ਬੇਸਿਕ ਡਿਵੈਲਪਮੈਂਟ ਦੇ ਬੇਸ 'ਤੇ ਉਹ ਇਲੈਕਸ਼ਨ ਲੜ ਰਹੇ ਹੈ। ਅਸੀਂ ਇਸ ਚੀਜ਼ ਤੋਂ ਐਗਰੀ ਵੀ ਕਰਦੇ ਹਾਂ ਵੀ ਸਾਨੂੰ ਲੱਗਦਾ ਵੀ ਉਹ ਬੰਦਾ ਸਾਡੇ ਪਿੰਡ ਦਾ ਵੀ ਪੰਜੀ ਜਿਹੜਾ ਪਿੰਡ ਦਾ ਵਿਕਾਸ ਕਰਾ ਸਕਦੇ, ਕਿਉਂਕਿ ਸਾਡਾ ਪਿੰਡ ਬਿਲਕੁਲ ਬਾਰਡਰ ਦੇ ਕੋਲ ਬੈਠਾ ਹੈ, ਥੋੜ੍ਹਾ ਵੈਸੇ ਵੀ ਸਟਰੋਂਗ ਨੇ ਅਤੇ ਉਹ ਪੜ੍ਹੇ ਲਿਖੇ ਨੇ। ਸਾਡੇ ਪਿੰਡ ਦੇ ਵਿੱਚ ਲਿਟਰੇਸੀ ਵੈਸੇ ਵੀ ਬਹੁਤ ਘੱਟ ਹੈ, ਕਿਉਂਕਿ ਤੁਹਾਨੂੰ ਜਿਵੇਂ ਦੱਸਿਆ ਵੀ ਸਕੂਲ ਵਗੈਰਾ ਦੂਰ ਹੈ ਤਾਂ ਕੁਛ ਬੱਚੇ ਜਾਂਦੇ ਆ, ਕੁਛ ਬੱਚੇ ਨਹੀਂ ਜਾਂਦੇ। ਅਤੇ ਪੜ੍ਹੇ ਲਿਖੇ ਉਮੀਦਵਾਰ ਨੂੰ ਅਸੀਂ ਚਾਹੁੰਦੇ ਸੀਗੇ ਉਮੀਦਵਾਰ ਨੌਜਵਾਨ ਹੋਣਾ, ਨੌਜਵਾਨ ਹੈਗੇ ਹੈ, ਸਰਕਾਰ ਦੇ ਨਾਲ ਹੈ, ਅਤੇ ਅਸੀਂ ਚਾਹੁੰਦੇ ਹਾਂ ਵਿਪਿਨ ਕੁਮਾਰ ਜੀ ਪਿੰਡ ਦੇ ਸਰਪੰਚ ਬਣ। ਸਰ, ਤੁਹਾਡਾ ਨਾਮ? ਸਰ, ਮੇਰਾ ਨਾਮ ਤਾਰਾ ਚੰਦ। ਪਿੰਡ ਦਾ ਨਾਮ? ਸਰ, ਮੁਰਾਦਵਾਲਾ। ਸਰ, ਤੁਸੀਂ ਵਿਪਨ ਜੀ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਵਿਪਨ ਜੀ 'ਤੇ ਬਹੁਤ ਵਿਸ਼ਵਾਸ ਰੱਖਦੇ ਹਾਂ ਜੀ, ਸਾਡੇ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਪਹਿਲੇ ਇਹਨਾਂ ਬਾਰੇ ਵਿਚਾਰ ਵਿਮਰਸ਼ ਕੀਤਾ ਜੀ ਵੀ ਇਹ ਸਾਡੇ ਪਿੰਡ ਦੇ ਵਿਕਾਸ ਦੇ ਕੰਮ ਕਰ ਸਕਦੇ ਹੈ। ਸਾਰੇ ਲੋਕਾਂ ਨੇ ਇਕੱਠੇ ਹੋ ਕੇ ਅਤੇ ਅਸੀਂ ਇੱਕ ਹੋ ਕੇ ਅਤੇ ਇਹਨਾਂ ਦਾ ਨਾਂ ਕੱਢਿਆ ਵੀ ਇਹ ਸਾਡੇ ਪਿੰਡ 'ਚ ਵਿਕਾਸ ਦਾ ਕੰਮ ਕਰਾਉਣ। ਸਾਡੇ ਸਾਰੇ ਪਿੰਡ ਦੇ ਲੋਕਾਂ ਦਾ ਇਹ ਇੱਕ ਕੰਮ ਸੀ ਵੀ ਪਿੰਡ ਦਾ ਵਿਕਾਸ ਕਰਵਾਈਏ, ਰਲ ਮਿਲ ਕੇ ਕਰਵਾਈਏ, ਤਾਂ ਜੋ ਸਾਡੇ ਕੰਮ ਦਾ ਪਿਛਲੇ ਸਾਲਾਂ ਤੋਂ ਦੇਖਦੇ ਹਾਂ ਵੀ ਕੋਈ ਕੰਮ ਨਹੀਂ ਹੋਇਆ। ਜਦੋਂ ਅਸੀਂ ਨਿੱਕੇ ਸੀ ਤਾਂ ਹੀ ਸਾਡੇ ਪਿੰਡ ਦਾ ਇਹੀ ਹਾਲ ਸੀ ਅਤੇ ਅੱਜ ਤੱਕ ਸਾਡੇ ਜਦੋਂ ਅਸੀਂ ਵੇਖਣ ਲੱਗੇ ਉਡੇ ਸਾਡੇ ਆਪ ਦੇ ਜਵਾਕ ਹੋ ਗਏ ਅਤੇ ਉਹੀ ਹਾਲ ਸਾਡੇ ਪਿੰਡ ਦਾ ਪਿਆ, ਕੋਈ ਵਿਕਾਸ ਨਹੀਂ ਹੋਇਆ ਅਤੇ ਹੁਣ ਅਸੀਂ ਵਿਪਨ ਜੀ ਦੇ ਤਨ ਮਨ ਅਤੇ ਧਨ ਦੇ ਨਾਲ ਸਹਿਮਤ ਹਾਂ। ਜਦੋਂ ਵਿਪਨ ਜੀ ਸਰਪੰਚ ਬਣਦੇ ਹਨ ਤਾਂ ਉਹ ਕਿਹੜੇ ਕੰਮਾਂ ਨੂੰ ਪਹਿਲ ਦੇ ਕੇ ਪਿੰਡ ਦਾ ਵਿਕਾਸ ਕਰਦੇ ਹਨ? ਹਾਂਜੀ, ਸਭ ਤੋਂ ਪਹਿਲਾਂ ਮੇਰਾ ਕੰਮ ਹੋਵੇਗਾ ਵੀ ਪਿੰਡ 'ਚ ਨਹਿਰੀ ਪਾਣੀ ਦਾ ਆਉਣ ਵਾਸਤੇ ਸਪਲਾਈ ਵਾਸਤੇ ਅਸੀਂ ਵਾਟਰ ਵਰਕਸ ਮਨਜ਼ੂਰ ਕਰਾਵਾਂਗੇ। ਵਾਟਰ ਵਰਕਸ ਮਨਜ਼ੂਰ ਨਾ ਹੋਇਆ ਤਾਂ ਜਿਹੜੀ ਪਾਈਪ ਆ ਰਹੀ ਹੈ ਪਹਿਲਾਂ ਪੁਰਾਣੀ ਉਹਦੀ ਰਿਪੇਅਰ ਕਰਾ ਕੇ ਪਾਣੀ ਕਿਵੇਂ ਨਾ ਕਿਵੇਂ ਔਖਾ ਸੌਖਾ ਲਿਆਵਾਂਗੇ। ਫਿਰ ਦੂਜਾ ਕੰਮ ਸਾਡਾ ਹੋਵੇਗਾ ਪੜ੍ਹਾਈ ਦਾ ਵੀ ਸਾਡੇ ਸਕੂਲ 8ਵੀਂ ਤੱਕ ਹੈਗਾ, ਸਾਡੇ ਬੱਚੇ ਦੂਰ ਤੱਕ ਪੜ੍ਹਨ ਜਾਂਦੇ ਨੇ, ਉਹਨਾਂ ਦੇ ਵਾਸਤੇ ਅਸੀਂ ਸਕੂਲ ਨੂੰ 10ਵੀਂ ਜਾਂ 12ਵੀਂ ਤੱਕ ਕਰਾਵਾਂਗੇ। ਇਸ ਤੋਂ ਬਾਅਦ ਜਿਹੜੇ ਕੋਈ ਖਾਲਿਆਂ ਦੀ ਰਿਪੇਅਰ ਹੈ, ਕੋਈ ਹੋਰ ਹੈ, ਜੇ ਕੋਈ ਸਾਨੂੰ ਸਰਕਾਰ ਤੋਂ ਗਵਰਨਮੈਂਟ ਤੋਂ ਮਿਲਦੀ ਹੈ, ਗ੍ਰਾਂਟਾਂ ਮਿਲਦੀਆਂ ਹਨ, ਤਾਂ ਉਸ ਤੋਂ ਕਰਾਵਾਂਗੇ, ਨਹੀਂ ਤਾਂ ਆਪਦੇ ਪੱਲਿਓਂ ਕੁਛ ਪਿੰਡ ਦਾ ਸਹਿਯੋਗ ਲੈ ਕੇ ਉਹਨੂੰ ਵੀ ਸਹੀ ਕਰਾਂ, ਗਲੀਆਂ ਨਾਲੀਆਂ ਸੜਕਾਂ ਸਾਰਾ ਡਿਵੈਲਪ ਕਰਾਂ। 30 ਤਰੀਕ ਨੂੰ ਮੈਨੂੰ ਕਾਮਯਾਬ ਬਣਾ ਕੇ ਜੇ ਪਿੰਡ ਦੇ ਲੋਕ ਬਣਾਉਂਦੇ ਹਨ ਅਤੇ ਨਵੇਂ ਸਾਲ ਦੇ ਉੱਤੇ ਸਭ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਜਾਂਦੀ ਹੈ ਅਤੇ ਨਾਲ ਸਰਕਾਰ ਨੂੰ ਵੀ ਕਿਹਾ ਜਾਂਦਾ ਹੈ ਵੀ ਸਾਨੂੰ ਗ੍ਰਾਂਟ ਵੀ ਦਿੱਤੀ ਜਾਵੇ ਅਤੇ ਜਾਖੜ ਸਾਹਿਬ, ਡਾਕਟਰ ਸਾਹਿਬ,
ਵਾਇਆ ਸਾਹਿਬ ਸਭ ਨੂੰ ਸਾਡਾ ਸਹਿਯੋਗ ਰਹੇਗਾ, ਸਭ ਸਾਡੇ ਨਾਲ ਚੱਲਣਗੇ, ਅਸੀਂ ਵੀ ਸਰਕਾਰ ਦੇ ਨਾਲ ਚੱਲਾਂਗੇ, ਮਿਲ ਜੁਲ ਕੇ ਸਾਰਾ ਕੁਛ ਕੰਮ ਕਰਾਂਗੇ।